द केस टाइमलाइन। 6,000 करोड़ रुपए के उस ड्रग केस की गल करनी है जिस दियां तारां साबका मंत्री विक्रम मजीठिया नाल जुड़दियां ने। 436 करोड़ की जायदाद का हिसाब किताब मंगया गया। ईडी दे वल्लों सीधा दखल देके सूबाई एजेंसियां नूं पुछया गया कि इस केस दे विच हुण तक की होया। जगदीश भोले वल्लों बयान मीडिया सामने दिता गया कि मजीठिया का इस केस दे नाल की लेना देना। हो सकता है अकाली दल ने सोचता हो जे ईडी इस मामले दे विच एंटर हो जाती है तो शायद उन्हां नूं क्लीन चिट मिल जाएगी। साडी जानकारी दे अनुसार ईडी ने FIR डिटेल, गवाहां दे बयान और वित्तीय दस्तावेज बारे जिहड़े ROC संबंधित सारी जानकारी मंगी। विक्रम मजीठिया की 436 करोड़ रुपए की जायदाद का भी डायरेक्टरेट एजेंसी ने हिसाब किताब मंगे। ईडी ने मजीठिया खिलाफ FIR के सारे वेरवे मंगे, गवाहां दे बयानां दी जानकारी मंगी है, 284 बैंक खातियां का वेरवा मंगे है। 8 अगस्त को SIT सामने मजीठिया पेश होंदे ने। इस केस की पुछ पड़ताल लई मजीठिया तो 18 दिसंबर ते 30 दिसंबर नूं 2 बार पटियाला ही पुछ पड़ताल की गई। पंजाब पुलिस ने इस रैकेट की कीमत लगभग 6,000 करोड़ रुपए होने का अंदाजा लाया। सजा कट्टण दौरान जगदीश भोला ने CBI नूं केस की जांच सौंपण लई कहा। मैनू कोई दोषी पा दे जे CBI तुहानूं फांसी दा हुक्म दे। CBI तां नहीं पर हुण केंद्र की एजेंसी इस दे विच एंटर हो। 10 साल पहला भोला का एक बयान सामने आया सी जिस अंदर भोला ने विक्रम मजीठिया का बकायदा नाम लिया। ਸਾਡੇ ਜਿਹੜੇ CI ਸਟਾਫ ਦੇ ਵਿੱਚ ਰਹੇ ਜਦੋਂ ਵਿਜੇ ਸਾਹਿਬ ਦਾ ਨਾਮ ਆ ਜਾਂਦਾ ਸੀ ਉਸ ਤੋਂ ਬਾਅਦ ਬੰਦ ਹੋ ਗਿਆ। CI ਸਟਾਫ ਦੇ ਵਿੱਚ ਆਉਂਦਾ ਸੀ ਉਸ ਤੋਂ ਬਾਅਦ ਬੰਦ ਹੋ ਜਾਂਦਾ ਅੱਗੇ ਪੁਲਿਸ ਗੱਲ ਨਹੀਂ ਕਰਦੀ ਕਾਰਵਾਈ ਕੋਈ ਨਹੀਂ ਕਰਦੀ। ਸਾਲ 2021 'ਚ ਵਿਕਰਮ ਸਿੰਘ ਮਜੀਠੀਆ ਖਿਲਾਫ ਨਸ਼ੇ ਦੇ ਮਾਮਲੇ 'ਚ FIR ਦਰਜ ਕੀਤੀ ਜਾਈ ਕਿ ਵਿਕਰਮ ਸਿੰਘ ਮਜੀਠੀਆ ਦੇ ਭੋਲਾ ਡਰੱਗ ਕੇਸ ਦੇ ਮੁਲਜ਼ਮਾਂ ਦੇ ਨਾਲ ਕੋਈ ਰਿਸ਼ਤਾ ਸੀ। ਡਰੱਗ ਕੇਸ ਦੇ ਕੁਝ ਮੁਲਜ਼ਮ ਵਿਦੇਸ਼ੋਂ ਆ ਕੇ ਮਜੀਠੀਆ ਦੀ ਰਿਹਾਇਸ਼ 'ਤੇ ਰਹਿੰਦੇ ਰਹੇ। ਮਜੀਠੀਆ ਦੇ ਉਸ ਵੇਲੇ ਮੰਤਰੀ ਹੋਣ ਕਰਕੇ ਪੁਲਿਸ ਨੇ ਜਗਜੀਤ ਚਾਹਲ, ਜਗਦੀਸ਼ ਭੋਲੇ ਦੇ ਬਿਆਨਾਂ ਦਾ ਨੋਟਿਸ ਨਹੀਂ ਲਿਆ। ਇਹੋ ਜਿਹੇ ਆਗੂ ਆਕਾ ਅਗਵਾਈਕਾਰ ਚੁਣੇ ਜਿਨ੍ਹਾਂ ਦਾ ਨਾਮ ਉਹਨਾਂ ਨੂੰ ਡਰੱਗ ਦੀ ਦੇਣ ਦੇ ਵਿੱਚ ਆਉਂਦਾ। ਸਤਿ ਸ੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਖਾਸ ਪ੍ਰੋਗਰਾਮ ਦੀ ਕੇਸ ਟਾਈਮਲਾਈਨ ਨਵਜੋਤ ਸਿੰਘ ਧਾਲੀਵਾਲ ਨਾਲ ਰੋਜ਼ਾਨਾ ਸਪੋਕਸਮੈਨ 'ਤੇ। ਅੱਜ 6,000 ਕਰੋੜ ਰੁਪਏ ਦੇ ਉਸ ਡਰੱਗ ਕੇਸ ਦੀ ਗੱਲ ਕਰਨੀ ਹੈ ਜਿਸ ਦੀਆਂ ਤਾਰਾਂ ਸਾਬਕਾ ਮੰਤਰੀ ਵਿਕਰਮ ਮਜੀਠੀਆ ਨਾਲ ਜੁੜਦੀਆਂ ਨੇ। 436 ਕਰੋੜ ਦੀ ਜਾਇਦਾਦ ਦਾ ਹਿਸਾਬ ਕਿਤਾਬ ਮੰਗਿਆ ਗਿਆ। ਐਨਫੋਰਸਮੈਂਟ ਡਾਇਰੈਕਟੋਰੇਟ ਏਜੰਸੀ ਯਾਨੀ ਕਿ ED ਦੇ ਵੱਲੋਂ ਸਿੱਧਾ ਦਖਲ ਦੇ ਕੇ ਸੂਬਾਈ ਏਜੰਸੀਆਂ ਨੂੰ ਪੁੱਛਿਆ ਗਿਆ ਕਿ ਇਸ ਕੇਸ ਦੇ ਵਿੱਚ ਹੁਣ ਤੱਕ ਕੀ ਹੋਇਆ। ਅਸੀਂ ਗੱਲ ਉਸ ਕੇਸ ਦੀ ਕਰ ਰਹੇ ਹਾਂ ਜਿਸ ਦੇ ਅੰਦਰ ਸਾਬਕਾ ਕੌਮਾਂਤਰੀ ਪਹਿਲਵਾਨ ਜਗਦੀਸ਼ ਭੋਲਾ ਇਨਵੋਲਵ ਸੀ ਅਤੇ ਜਗਦੀਸ਼ ਭੋਲੇ ਵੱਲੋਂ ਕੋਰਟ ਦੇ ਵਿੱਚ ਇੱਕ ਬਿਆਨ ਮੀਡੀਆ ਸਾਹਮਣੇ ਦਿੱਤਾ ਗਿਆ ਪੇਸ਼ੀ ਤੋਂ ਬਾਅਦ ਬਾਹਰ ਆ ਕੇ ਕਿ ਮਜੀਠੀਆ ਦਾ ਇਸ ਕੇਸ ਦੇ ਨਾਲ ਕੀ ਲੈਣਾ ਦੇਣਾ, ਆਈਸ ਡਰੱਗ ਦੇ ਵਿੱਚ ਕਿੰਨੀ ਲੈਣ ਦੇਣ ਹੋਈ। ਤਾਂ ਅੱਜ ਗੱਲ ਮਜੀਠੀਆ ਦਾ ਭੋਲਾ ਡਰੱਗ ਕੇਸ ਨਾਲ ਕੀ ਕਨੈਕਸ਼ਨ ਹੈ ਉਸ ਦੀ ਗੱਲ ਕਰਾਂਗੇ ਜਿਹਦੇ ਵਿੱਚ ED ਦੀ ਐਂਟਰੀ ਹੋਈ ਹੈ। ਲਗਾਤਾਰ ਸਵਾਲ ਬਵਾਲ ਇਸ ਦੇ ਉੱਤੇ ਹੁੰਦੇ ਜਾ ਰਹੇ ਹੈ। ਡਰੱਗ ਕੇਸ ਦੇ ਵਿੱਚ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਹੁਣ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਕੇਸ ਅੰਦਰ ਐਂਟਰੀ ਐਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ED ਦੀ ਹੋ ਗਈ ਹੈ। ਹਾਲਾਂਕਿ ED PML ਅਤੇ ਫੈਮਾ ਦੇ ਆਧਾਰ ਦੇ ਕੇਸ ਜਿਹੜੀ ਹੈ ਉਹਨਾਂ ਨੂੰ ਇਨਵੈਸਟੀਗੇਟ ਕਰਦੀ ਹੈ ਜਿਹੜੇ ਕਿ ਪੈਸਿਆਂ ਦੇ ਲੈਣ ਦੇਣ ਦੇ ਹੁੰਦੇ ਆ, ਚਾਹੇ ਉਹ ਵਿਦਇਨ ਕੰਟਰੀ ਹੋਣ ਜਾਂ ਆਊਟ ਆਫ ਕੰਟਰੀ ਹੋਣ।
ਯਾਨੀ ਕਿ ਇਸ ਮਾਮਲੇ ਨੂੰ ਹੁਣ ਇਸ ਐਂਗਲ ਤੋਂ ED ਇਨਵੈਸਟੀਗੇਟ ਕਰੇਗੀ ਔਰ ਪੁੱਛੇਗੀ ਕਿ ਹੁਣ ਤੱਕ ਇਸ ਕੇਸ ਦੇ ਵਿੱਚ ਕੀ ਕੁਝ ਹੋਇਆ। ED ਨੇ ਸਾਬਕਾ ਮੰਤਰੀ ਅਕਾਲੀ ਸਰਕਾਰ 'ਚ ਰਹੇ ਮਾਲ ਮੰਤਰੀ ਬਿਕਰਮ ਮਜੀਠੀਆ 'ਤੇ ਸ਼ਿਕੰਜਾ ਕੱਸਦਾ ਹੋਇਆ ਨਜ਼ਰ ਆ ਰਿਹਾ, ਜਿਸ ਤੋਂ ਬਾਅਦ ਬਿਕਰਮ ਮਜੀਠੀਆ ਨੇ ਇੱਕ ਵੀਡੀਓ ਜਾਰੀ ਕੀਤਾ ਹੈ। ED ਦੀ ਕਾਰਵਾਈ ਤੋਂ ਬਾਅਦ ਬਿਕਰਮ ਮਜੀਠੀਆ ਦਾ ਇਹ ਪਹਿਲਾ ਬਿਆਨ ਹੈ। ਕੇਸ ਵਿੱਚ ED ਦੀ ਐਂਟਰੀ 'ਤੇ ਮਜੀਠੀਆ ਨੇ ਸਵਾਲ ਚੁੱਕੇ ਆ ਤਾਂ ਅੱਗਿਓਂ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਵੀ ਕੁਝ ਜਵਾਬ ਜਿਹੜੇ ਆ ਉਹ ਆਪਣੇ ਢੰਗ ਨਾਲ ਦਿੱਤੇ ਆ। ਜਿਸ ED ਨੂੰ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਇੰਨੀਆਂ ਗਾਲਾਂ ਕੱਢਦੀ ਆ, ਕੋਸਦੀ ਆ, ਅਰਵਿੰਦ ਕੇਜਰੀਵਾਲ ਦੇ ਕੇਸ 'ਚ, ਮਨੋਜ ਸਿਸੋਦੀਆ ਦੇ ਕੇਸ 'ਚ, ਸੰਜੇ ਸਿੰਘ ਦੇ ਕੇਸ 'ਚ, ਹੋਰ ਇਹਨਾਂ ਦੇ ਵੱਖ ਵੱਖ ਲੀਡਰਾਂ ਦੇ ਕੇਸ 'ਚ, ਅੱਜ ਉਸ ED ਨੂੰ ਮੇਰਾ ਕੇਸ ਭੇਜਦਾ। ਸੋ ਦੋਹਰੇ ਮਾਪਦੰਡ ਵੇਖੋ, ਪੰਜ ਪੰਜ ਸੀਟਾਂ ਤੁਸੀਂ ਬਦਲ ਲਈਓ, ਆਲਾ ਆਲਾ ਅਫਸਰ ਲਾ ਕੇ ਵੇਖ ਲਿਆ, ਕੱਖ ਨਹੀਂ ਲੱਭਿਆ, ਔਰ ਇਸ ਲਈ ਅੱਜ ਹੱਥ ਖੜੇ ਹੋਣ ਦਾ ਨਤੀਜਾ ਵੇਖ ਲਓ ਕਿ ਜਿੱਥੇ ਤੁਹਾਨੂੰ ਇੰਨੇ ਸਾਲ ਬੀਤ ਗਏ, 3 ਸਾਲ ਤੁਹਾਡੀ ਸਰਕਾਰ ਨੂੰ ਹੋ ਗਏ ਲਗਭਗ, ਚਲਾਨ ਤੁਸੀਂ ਨਹੀਂ ਪੇਸ਼ ਕਰ ਪਾ ਰਹੇ ਕਿ ਅਕਾਲੀ ਦਲ ਦਾ ਕੇਂਦਰ ਦੀ BJP ਦੇ ਨਾਲ, ਮੋਦੀ ਸਾਹਿਬ ਦੇ ਨਾਲ ਔਰ ਅਮਿਤ ਸ਼ਾਹ ਦੇ ਨਾਲ ਜਿਸ ਤਰੀਕੇ ਦੀ ਸਾਂਝ ਪਿਆਲੀ ਹੈਗੀ ਹੈ, ਜਿਸ ਤਰੀਕੇ ਨਾਲ ਇਹਨਾਂ ਦਾ ਰਿਲੇਸ਼ਨਸ਼ਿਪ ਰਿਹਾ ਹੈਗਾ, ਹੋ ਸਕਦਾ ਅਕਾਲੀ ਦਲ ਇਹ ਸੋਚਦਾ ਹੋਵੇ ਕਿ ਜੇ ED ਮਾਮਲੇ ਦੇ ਵਿੱਚ ਐਂਟਰ ਹੋ ਜਾਂਦੀ ਹੈ ਤਾਂ ਸ਼ਾਇਦ ਉਹਨਾਂ ਨੂੰ ਕਲੀਨ ਚਿੱਟ ਮਿਲ ਜਾਏਗੀ। ਪਰ ਮੈਂ ਦੱਸਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ IPS ਭੁੱਲਰ ਦੀ ਅਗਵਾਈ ਹੇਠ ਜੋ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਹੋਈ ਹੈ, ਉਹ ਲਗਾਤਾਰ ਆਪਣੀਆਂ ਇਨਵੈਸਟੀਗੇਸ਼ਨ ਕਰ ਰਹੀ ਹੈ, ਸਬੂਤ ਜੁਟਾ ਰਹੀ ਹੈ, ਔਰ ਜਦੋਂ ਵੀ ਜਿਹੜੇ ਸਬੂਤ ਇਕੱਠੇ ਹੋ ਗਏ ਬਿਲਕੁਲ ਚਲਾਨ ਵੀ ਪੇਸ਼ ਕੀਤਾ ਜਾਊਗਾ। ED ਨੇ ਬਿਕਰਮ ਮਜੀਠੀਆ ਖਿਲਾਫ ਜਾਂਚ ਕਰ ਰਹੀ ਸਪੈਸ਼ਲ ਜਾਂਚ ਟੀਮ ਤੋਂ ਕੇਸ ਦੀ ਸਟੇਟਸ ਰਿਪੋਰਟ ਮੰਗੀ ਹੈ। 284 ਬੈਂਕ ਖਾਤਿਆਂ 'ਤੇ ਮਜੀਠੀਆ ਤੋਂ ਕੀਤੀ ਗਈ ਪੁੱਛਗਿੱਛ ਦਾ ਪੂਰਾ ਵੇਰਵਾ ਮੰਗਿਆ ਕਿ ਹੁਣ ਤੱਕ ਕੀ ਇਨਵੈਸਟੀਗੇਟ ਕੀਤਾ, ਕੀ ਕਿਸ ਤਰੀਕੇ ਦੇ ਨਾਲ ਤੁਸੀਂ ਜਾਣਕਾਰੀ ਲਈ ਹੈ। ਔਰ ਸਾਡੀ ਜਾਣਕਾਰੀ ਦੇ ਅਨੁਸਾਰ ED ਨੇ FIR ਡਿਟੇਲ, ਗਵਾਹਾਂ ਦੇ ਬਿਆਨ ਔਰ ਵਿੱਤੀ ਦਸਤਾਵੇਜ਼ ਬਾਰੇ ਜਿਹੜੇ ROC ਸੰਬੰਧਿਤ ਸਾਰੀ ਜਾਣਕਾਰੀ ਮੰਗੀ ਹੈ। ਬਿਕਰਮ ਮਜੀਠੀਆ ਦੀ 436 ਕਰੋੜ ਰੁਪਏ ਦੀ ਜਾਇਦਾਦ ਦਾ ਵੀ ਐਨਫੋਰਸਮੈਂਟ ਏਜੰਸੀ ਨੇ, ਡਾਇਰੈਕਟੋਰੇਟ ਏਜੰਸੀ ਨੇ ਹਿਸਾਬ ਕਿਤਾਬ ਮੰਗਿਆ। ਜਿਹੜਾ ਹਿਸਾਬ ਕਿਤਾਬ ਮੰਗਿਆ ਉਹਦੀ ਗੱਲ ਕਰਾਂਗੇ। ED ਨੇ ਮਜੀਠੀਆ ਖਿਲਾਫ਼ FIR ਦੇ ਸਾਰੇ ਵੇਰਵੇ ਮੰਗੇ ਹੈ। ED ਨੇ ਗਵਾਹਾਂ ਦੇ ਬਿਆਨਾਂ ਦੀ ਜਾਣਕਾਰੀ ਮੰਗੀ ਹੈ, 284 ਬੈਂਕ ਖਾਤਿਆਂ ਦਾ ਵੇਰਵਾ ਮੰਗਿਆ, ਪਰਿਵਾਰਕ ਫਰਮਾਂ ਅਤੇ ਮੈਂਬਰਾਂ ਦੇ ROC ਰਿਕਾਰਡ ਮੰਗੇ ਆ, ITR ਦੀ ਕਾਪੀ ਸਣੇ ਸਰਾਇਆ ਉਦਯੋਗ ਅਤੇ ਸੰਬੰਧਿਤ ਫਰਮਾਂ ਦੀ ਜਾਣਕਾਰੀ, ਜ਼ਮੀਨੀ ਰਿਕਾਰਡ ਦੀ ਜਾਣਕਾਰੀ ਦੇਣ ਲਈ ਵੀ ਕਿਹਾ, ਔਰ ਵਿੱਤੀ ਮਾਹਰ ਦੀ ਰਿਪੋਰਟ ਸੌਂਪਣ ਲਈ ਵੀ ਇਸ ਮਾਮਲੇ ਦੇ ਵਿੱਚ ਕਿਹਾ ਗਿਆ। ਦੱਸ ਦਈਏ ਕਿ ਬਿਕਰਮ ਮਜੀਠੀਆ ਖਿਲਾਫ਼ ਡਰੱਗ ਮਾਮਲੇ ਦੀ ਜਾਂਚ ਸਪੈਸ਼ਲ ਜਾਂਚ ਟੀਮ ਕਰ ਰਹੀ ਹੈ, ਪਰ ਹੁਣ ED ਦੀ ਜਾਂਚ ਨੇ ਬਿਕਰਮ ਮਜੀਠੀਆ ਨੂੰ ਹੋਰ ਬਿਪਤਾ ਦੇ ਵਿੱਚ, ਯਾਨੀ ਕਿ ਮੁਸ਼ਕਲ ਦੇ ਵਿੱਚ ਪਾ ਦਿੱਤਾ। ਕਾਂਗਰਸ ਸਰਕਾਰ ਦੌਰਾਨ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਬਣੀ ਸਰਕਾਰ ਦੌਰਾਨ ਮਜੀਠੀਆ ਖਿਲਾਫ਼ ਕੇਸ ਦਰਜ ਹੁੰਦਾ। 20 ਦਸੰਬਰ 2021 ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ FIR ਹੁੰਦੀ ਹੈ। ਇਸ ਕੇਸ 'ਚ ਬਿਕਰਮ ਮਜੀਠੀਆ ਨੇ 5 ਮਹੀਨੇ ਜੇਲ੍ਹ ਵੀ ਕੱਟੀ। ਜ਼ਮਾਨਤ ਲਈ ਮਜੀਠੀਆ ਸੁਪਰੀਮ ਕੋਰਟ ਗਏ। 10 ਅਗਸਤ 2022 ਨੂੰ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਸੀ। ਕੇਸ 'ਚ ਜ਼ਮਾਨਤ ਤਾਂ ਮਿਲ ਗਈ, ਪਰ ਸਰਕਾਰ ਵੱਲੋਂ DIG ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਬਣਾਈ ਗਈ ਨਵੀਂ 44 ਕਮੇਟੀ ਜਾਂਚ ਕਰ ਰਹੀ ਹੈ। SSP ਵਰੁਣ ਸ਼ਰਮਾ ਅਤੇ SP ਯੋਗੇਸ਼ ਸ਼ਰਮਾ ਵੀ ਇਸ ਜਾਂਚ ਟੀਮ ਦਾ
ਹਿੱਸਾ ਨੇ। ਹਰਚਰਨ ਸਿੰਘ ਭੁੱਲਰ ਵਾਲੀ SIT ਨੇ ਮਜੀਠੀਆ ਨੂੰ ਕਈ ਦਫ਼ਾ ਸੰਮਨ ਕੀਤਾ। ਸਭ ਤੋਂ ਪਹਿਲਾਂ SIT ਨੇ ਪੁੱਛ ਪੜਤਾਲ ਲਈ 16 ਜਨਵਰੀ ਨੂੰ ਸੱਦਿਆ ਪਟਿਆਲਾ ਸਥਿਤ DIG ਦੇ ਦਫ਼ਤਰ, ਜਿੱਥੇ ਪੇਸ਼ ਹੋਣ ਲਈ ਕਿਹਾ ਗਿਆ ਸੀ। 18 ਜੁਲਾਈ ਅਤੇ 20 ਜੁਲਾਈ ਨੂੰ ਸੰਮਨ ਕੀਤੇ ਗਏ ਪਰ ਮਜੀਠੀਆ ਪੇਸ਼ ਨਹੀਂ ਹੋਏ। 30 ਜੁਲਾਈ ਨੂੰ ਪੁੱਛਗਿੱਛ ਲਈ SIT ਨੇ ਪਟਿਆਲਾ ਤਲਬ ਕੀਤਾ ਸੀ। ਲਗਾਤਾਰ ਤੀਜੀ ਵਾਰ ਬਿਕਰਮ ਮਜੀਠੀਆ ਪੇਸ਼ ਨਹੀਂ ਹੁੰਦੇ, ਹਾਲਾਂਕਿ 8 ਅਗਸਤ ਨੂੰ SIT ਸਾਹਮਣੇ ਮਜੀਠੀਆ ਪੇਸ਼ ਹੁੰਦੇ ਨੇ। ਇਸ ਕੇਸ ਦੀ ਪੁੱਛ ਪੜਤਾਲ ਲਈ ਮਜੀਠੀਆ ਤੋਂ 18 ਦਸੰਬਰ ਅਤੇ 30 ਦਸੰਬਰ ਨੂੰ 2 ਵਾਰ ਪਟਿਆਲਾ 'ਚ ਹੀ ਪੁੱਛ ਪੜਤਾਲ ਕੀਤੀ ਗਈ ਸੀ। ਹਾਲਾਂਕਿ ਉਸ ਵੇਲੇ ਵੀ ਸਿੱਟ ਦੇ ਮੁਖੀ AD ਮੁਖਵਿੰਦਰ ਸਿੰਘ ਛੀਨਾ ਸੀ। ਛੀਨਾ ਦੇ 31 ਦਸੰਬਰ 2023 ਨੂੰ ਸੇਵਾ ਮੁਕਤ ਹੋਣ ਉਪਰੰਤ ਸਰਕਾਰ ਵੱਲੋਂ DIG ਹਰਚਰਨ ਭੁੱਲਰ ਦੀ ਅਗਵਾਈ ਹੇਠ ਨਵੀਂ ਸਿੱਟ ਦਾ ਗਠਨ ਕੀਤਾ ਗਿਆ। ਸੰਮਨ ਨੂੰ ਲੈ ਕੇ ਮਜੀਠੀਆ ਨੇ ਉੱਚ ਅਦਾਲਤ ਦਾ ਰੁਖ ਕੀਤਾ ਸੀ ਅਤੇ ਜਿਸ ਤੋਂ ਬਾਅਦ ਸਿੱਟ ਨੇ ਸੰਮਨ ਜਿਹੜੇ ਆ ਵਾਪਸ ਲੈ ਲਏ ਸੀ। ਅਤੇ ਹੁਣ ਇੱਕ ਨਜ਼ਰ ਇਸ ਪੂਰੇ ਕੇਸ 'ਤੇ ਮਾਰਦੇ ਹਾਂ ਕਿ ਭੋਲਾ ਡਰੱਗ ਮਾਮਲੇ 'ਚ ਬਿਕਰਮ ਮਜੀਠੀਆ ਦਾ ਕਨੈਕਸ਼ਨ ਕੀ ਹੈ। ਭੋਲਾ ਡਰੱਗ ਕੇਸ ਪੂਰਾ ਤੁਹਾਨੂੰ ਸਮਝਾਉਂਦੇ ਹਾਂ। ਪੰਜਾਬ ਪੁਲਿਸ ਨੇ 2013 'ਚ 1000 ਕਰੋੜ ਰੁਪਏ ਦੇ ਡਰੱਗ ਰੈਕਟ ਦਾ ਪਰਦਾ ਫਾਸ਼ ਕੀਤਾ। ਕਈ ਸਾਲਾਂ ਤੋਂ ਇਹ ਕੇਸ ਭੋਲਾ ਡਰੱਗ ਕੇਸ ਵਜੋਂ ਜਾਣਿਆ ਜਾਂਦਾ ਰਿਹਾ ਅਤੇ ਇਸ ਕੇਸ ਦੇ ਤਾਰ ਕੌਮਾਂਤਰੀ ਪੱਧਰ ਦੇ ਕਰਿੰਦਿਆਂ ਦੇ ਨਾਲ ਜੁੜੇ ਹੋਏ ਸੀ। 2003 'ਚ ਸਾਬਕਾ DGP ਸ਼ਸ਼ੀਕਾਂਤ ਨੇ ਹਾਈ ਕੋਰਟ ਨੂੰ ਇੱਕ ਖਤ ਲਿਖਿਆ। 2003 'ਚ ਇਸ ਕੇਸ ਸੰਬੰਧਿਤ ਜਾਂਚ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਹੈ। 2004 'ਚ ਜਗਦੀਸ਼ ਭੋਲਾ ਤੋਂ ਭੁੱਕੀ ਬਰਾਮਦ ਹੁੰਦੀ ਹੈ। ਜਗਦੀਸ਼ ਸਿੰਘ ਉਰਫ ਭੋਲਾ ਸਾਬਕਾ ਕੌਮਾਂਤਰੀ ਭਲਵਾਨ ਬਤੌਰ ਡੈਪਟੀ ਸੁਪਰਡੈਂਟ ਆਫ ਪੰਜਾਬ ਪੁਲਿਸ ਯਾਨੀ ਕਿ DSP ਤੈਨਾਤ ਸੀ, ਜਿਸ ਤੋਂ ਬਾਅਦ ਉਸ ਨੂੰ DSP ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। 2013 'ਚ ਭੋਲੇ ਨੂੰ ਜਿਹੜਾ ਹੈ ਇੱਕ ਨਸ਼ੇ ਦੀ ਤਸਕਰੀ ਦੇ ਇਲਜ਼ਾਮਾਂ ਹੇਠ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਸੀਗਾ, ਵਿਸ਼ੇਸ਼ ਜਿਹੜੀ ਹੈ ਮੈਡੀਸਨ ਦੇ ਕੇਸ ਦੇ ਵਿੱਚ। 2019 'ਚ ਵਿਸ਼ੇਸ਼ CBI ਅਦਾਲਤ ਨੇ ਭੋਲੇ ਨੂੰ ਜਿਹੜੀ ਹੈ ਸਜ਼ਾ ਸੁਣਾਈ। 2 ਕਰੋੜੀ ਡਰੱਗ ਰੈਕਟ ਮਾਮਲੇ ਦੇ ਵਿੱਚ 24 ਸਾਲ ਦੀ ਕੈਦ ਦੀ ਜਿਹੜੀ ਹੈ ਸਜ਼ਾ ਸੁਣਾਈ ਗਈ ਸੀ। ਇਸ ਮਾਮਲੇ 'ਚ ED ਵੱਲੋਂ ਹੁਣ ਤੱਕ ਸੈਂਕੜੇ ਕਰੋੜਾਂ ਦੀ ਜਾਇਦਾਦ ਅਟੈਚ ਕੀਤੀ ਜਾ ਚੁੱਕੀ ਹੈ। ਪੰਜਾਬ ਪੁਲਿਸ ਨੇ ਇਸ ਰੈਕਟ ਦੀ ਕੀਮਤ ਲਗਭਗ 6000 ਕਰੋੜ ਰੁਪਏ ਹੋਣ ਦਾ ਅੰਦਾਜ਼ਾ ਲਾਇਆ ਸੀ। ਪੰਜਾਬ ਪੁਲਿਸ ਨੇ ਜਗਦੀਸ਼ ਭੋਲਾ ਨੂੰ ਇਸ ਦਾ ਸਰਗਨਾ ਦੱਸਿਆ ਸੀ ਔਰ ਭੋਲੇ ਤੋਂ ਇਲਾਵਾ 21 ਹੋਰਨਾਂ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਹਨਾਂ 'ਚੋਂ ਕੁਝ NRI ਹੋਟਲ ਦੇ ਮਾਲਕ ਅਤੇ ਕਾਰੋਬਾਰੀ ਵੀ ਸ਼ਾਮਲ ਸਨ। 30 ਜੁਲਾਈ 2024 ਨੂੰ ਵੀ ਇਸ ਕੇਸ ਅੰਦਰ ਜਗਦੀਸ਼ ਭੋਲਾ ਸਣੇ 17 ਲੋਕਾਂ ਨੂੰ ਮੋਹਾਲੀ ਦੀ ਵਿਸ਼ੇਸ਼ ਅਦਾਲਤ ਯਾਨੀ ਕਿ ਸਪੈਸ਼ਲ ਕੋਰਟ ਨੇ ਸਜ਼ਾ ਸੁਣਾਈ ਸੀ। ਭੋਲਾ ਸਣੇ 7 ਜਣਿਆਂ ਨੂੰ 10-10 ਸਾਲ ਦੀ ਕੈਦ ਔਰ ਭੋਲਾ ਦੀ ਪਤਨੀ ਅਤੇ ਸਹੁਰੇ ਸਣੇ 6 ਜਣਿਆਂ ਨੂੰ 3-3 ਸਾਲ ਦੀ ਕੈਦ ਅਤੇ 3 ਦੋਸ਼ੀਆਂ ਨੂੰ 5-5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਸਜ਼ਾ ਕੱਟਣ ਦੌਰਾਨ ਜਗਦੀਸ਼ ਭੋਲਾ ਨੇ CBI ਨੂੰ ਕੇਸ ਦੀ ਜਾਂਚ ਸੌਂਪਣ ਲਈ ਕਿਹਾ ਸੀ। ਜਗਦੀਸ਼ ਭੋਲਾ ਆਪਣੀ ਮਾਂ ਦੇ ਬਿਮਾਰ ਹੋਣ ਅਤੇ ਪਿਤਾ ਦੇ ਦੇਹਾਂਤ 'ਤੇ ਜੇਲ੍ਹ 'ਚੋਂ ਬਾਹਰ ਆਇਆ ਤਾਂ ਇਸ ਮੌਕੇ 'ਤੇ ਭੋਲਾ ਨੇ ਕਿਹਾ ਸੀ ਕਿ ਕੇਸ ਜਿਹੜਾ ਹੈ ਉਹ ਸੈਂਟਰਲ ਏਜੰਸੀ CBI ਨੂੰ ਦਿੱਤਾ ਜਾਵੇ, ਜੇ ਮੈਂ ਦੋਸ਼ੀ ਹਾਂ ਤਾਂ ਮੈਨੂੰ ਫਾਹੇ ਲਾ ਦਿੱਤਾ ਜਾਵੇ ਯਾਨੀ ਕਿ ਫਾਂਸੀ 'ਤੇ ਚੜ੍ਹਾ ਦਿੱਤਾ ਜਾਵੇ। ਮੈਂ ਇੱਥੋਂ ਬਾਹਰ ਜਾ ਕੇ ਮੈਂ ਇਹੀ ਕੋਸ਼ਿਸ਼ ਕਰੂੰਗਾ, ਮੈਂ CBI ਫਿਰ ਲੈਣ 'ਚ ਆਉਣਾ। ਮੈਂ ਤਾਂ ਪਹਿਲਾਂ ਵੀ ਇਹ ਕਿਹਾ ਸੀ ਜੇ ਮੈਨੂੰ CBI ਮੈਨੂੰ ਕੋਈ ਦੋਸ਼ੀ ਪਾ ਦੇ CBI ਤਾਂ ਮੈਨੂੰ ਫਾਂਸੀ ਦਾ ਉਹ ਦਿਓ।
ਮੈਂ ਰਸੀ ਦੇ ਮੰਗ ਰਹੀ ਸੀ ਮੈਂ ਜਾ ਕੇ ਮੰਗੂਗਾ ਹੁਣ ਵੀ ਅੱਜ ਸੀਬੀਆਈ ਦੀ ਜਾਂਚ ਮੰਗ ਰਹੀ ਤੁਹਾਡੇ ਨਾਲ ਦਿਆਂ ਦੀ ਕਿੰਨੀ ਜ਼ਮਾਨਤ ਜੇ ਮੈਨੂੰ ਇਹ ਕੋਈ ਦੋਸ਼ੀ ਪਾਇਆ ਜਾਵੇ ਸੀਬੀਆਈ ਉਹ ਜਾਂਚ ਕਰ ਦੂੰਗਾ ਫਾਂਸੀ ਦਿੱਤੀ ਭੋਲਾ ਜਦੋਂ ਜਦੋਂ ਵੀ ਇਸ ਕੇਸ ਦੇ ਵਿੱਚ ਕਿਸੇ ਸਪੈਸ਼ਲ ਮੌਕੇ ਤੇ ਪੈਰੋਲ ਤੇ ਬਾਹਰ ਆਇਆ ਤਾਂ ਉਸਨੇ ਹਮੇਸ਼ਾ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਸੀਬੀਆਈ ਤਾਂ ਨਹੀਂ ਪਰ ਹੁਣ ਕੇਂਦਰ ਦੀ ਏਜੰਸੀ ਇਸ ਦੇ ਵਿੱਚ ਐਂਟਰ ਹੋ ਗਈ ਹੈ ਅੱਜ ਤੋਂ 10 ਸਾਲ ਪਹਿਲਾਂ ਭੋਲਾ ਦਾ ਇੱਕ ਬਿਆਨ ਸਾਹਮਣੇ ਆਇਆ ਸੀ ਜਿਸ ਅੰਦਰ ਭੋਲਾ ਨੇ ਬਿਕਰਮ ਮਜੀਠੀਆ ਦਾ ਬਾਕਾਇਦਾ ਨਾਮ ਲਿਆ ਸੀ 40 ਦਿਨ ਸੀਗਾ ਸਟਾਫ ਦੇ ਵਿੱਚ ਰਿਹਾ ਜਦੋਂ ਮਜੀਠੀਆ ਸਾਹਿਬ ਦਾ ਨਾਂ ਆ ਜਾਂਦਾ ਸੀ ਉਸ ਤੋਂ ਬਾਅਦ ਬੰਦ ਹੋ ਜਾਂਦਾ ਖਿਲਾਫ ਨਸ਼ੇ ਦੇ ਮਾਮਲੇ 'ਚ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਇਹ ਐਫ ਆਈ ਆਰ ਮੋਹਾਲੀ 'ਚ ਦਰਜ ਹੁੰਦੀ ਹੈ ਔਰ ਇਹ ਐਫ ਆਈ ਆਰ ਐਨ ਡੀ ਪੀ ਐਸ ਦੀ ਧਾਰਾ 25-27 ਏ ਅਤੇ 29 ਦੇ ਤਹਿਤ ਦਰਜ ਕੀਤੀ ਗਈ ਸੀ ਇਹ ਐਫ ਆਈ ਆਰ ਮੋਹਾਲੀ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਦਰਜ ਕੀਤੀ ਜਾਂਦੀ ਹੈ ਐਫ ਆਈ ਆਰ ਅੰਦਰ ਜਾਂਚ ਦੇ ਲਈ 4 ਜਿਹੜੇ ਹੈ ਮੁੱਖ ਤੌਰ 'ਤੇ ਸਵਾਲ ਰੱਖੇ ਗਏ ਸੀ ਕਿ ਬਿਕਰਮ ਸਿੰਘ ਮਜੀਠੀਆ ਦੇ ਭੋਲਾ ਡਰੱਗ ਕੇਸ ਦੇ ਮੁਲਜ਼ਮਾਂ ਦੇ ਨਾਲ ਕੋਈ ਰਿਸ਼ਤਾ ਸੀ ਸਤਪ੍ਰੀਤ ਮਨਿੰਦਰ ਸਿੰਘ ਔਲਖ ਉਰਫ ਸੱਤਾ ਮਨਿੰਦਰ ਸਿੰਘ ਔਲਖ ਉਰਫ ਬਿੱਟੂ ਔਲਖ ਇਹ ਤਿੰਨ ਨਾਮ ਬੜੇ ਚਰਚਾ ਦੇ ਵਿੱਚ ਆਏ ਸੱਤਾ ਪਿੰਦੀ ਅਤੇ ਬਿੱਟੂ ਔਲਖ ਜਿਹੜਾ ਪਿੰਦੀ ਸੀ ਉਹਦਾ ਨਾਮ ਸੀ ਪਰਮਿੰਦਰ ਸਿੰਘ ਅਮਰਿੰਦਰ ਸਿੰਘ ਲਾਡੀ ਅਤੇ ਜਗਜੀਤ ਸਿੰਘ ਨਾਲ ਕੀ ਕਨੈਕਸ਼ਨ ਸੀ ਅਗਲਾ ਸਵਾਲ ਕਿ ਬਿਕਰਮ ਸਿੰਘ ਮਜੀਠੀਆ ਨੇ ਸਤਪ੍ਰੀਤ ਉਰਫ ਸੱਤਾ ਨੂੰ ਸੁਡੋ ਇਫਡਰੀਨ ਪਹੁੰਚਾਉਣ ਦੇ ਵਿੱਚ ਕੋਈ ਭੂਮਿਕਾ ਅਦਾ ਕੀਤੀ ਸੀ ਸਵਾਲ ਇਹ ਵੀ ਸੀ ਕਿ ਮਜੀਠੀਆ ਅਤੇ ਇਹਨਾਂ ਮੁਲਜ਼ਮਾਂ ਦਰਮਿਆਨ ਕੋਈ ਪੈਸੇ ਦਾ ਲੈਣ ਦੇਣ ਸੀ ਜਾਂ ਨਹੀਂ ਮਜੀਠੀਆ ਅਤੇ ਐਫ ਆਈ ਆਰ 'ਚ ਕਈ ਦਾਅਵੇ ਕੀਤੇ ਗਏ ਜਿਨ੍ਹਾਂ 'ਚ ਸੀ ਕਿ ਡਰੱਗ ਕੇਸ ਦੇ ਕੁਝ ਮੁਲਜ਼ਮ ਵਿਦੇਸ਼ੋਂ ਆ ਕੇ ਮਜੀਠੀਆ ਦੀ ਰਿਹਾਇਸ਼ 'ਤੇ ਰਹਿੰਦੇ ਰਹੇ ਸਤਪ੍ਰੀਤ ਸੱਤਾ ਪਰਮਿੰਦਰ ਪਿੰਦੀ ਅਮਰਿੰਦਰ ਸਿੰਘ ਲਾਡੀ ਮਜੀਠੀਆ ਦੇ ਘਰ ਰਹਿੰਦੇ ਸੀ ਮਜੀਠੀਆ ਦੇ ਉਸ ਵੇਲੇ ਮੰਤਰੀ ਹੋਣ ਕਰਕੇ ਪੁਲਿਸ ਨੇ ਜਗਜੀਤ ਚਾਹਲ ਜਗਦੀਸ਼ ਭੋਲੇ ਦੇ ਬਿਆਨਾਂ ਦਾ ਨੋਟਿਸ ਨਹੀਂ ਲਿਆ ਜਗਜੀਤ ਚਾਹਲ ਨੇ ਈਡੀ ਸਾਹਮਣੇ ਕਿਹਾ ਸੀ ਕਿ ਸਤਪ੍ਰੀਤ ਸੱਤਾ ਦੇ ਭਾਰਤ ਆਉਂਦਾ ਤਾਂ ਮਜੀਠੀਆ ਦੇ ਘਰ ਹੀ ਰਹਿੰਦਾ ਮਨਿੰਦਰ ਔਲਖ ਨੇ ਕਿਹਾ ਕਿ ਉਹ ਸੱਤੇ ਨੂੰ ਮਜੀਠੀਆ ਦੇ ਘਰ ਅਕਸਰ ਮਿਲਦਾ ਹੁੰਦਾ ਸੀ ਮਜੀਠੀਆ ਨੇ ਈਡੀ ਨੂੰ ਕਿਹਾ ਸੀ ਕਿ ਸਤਪ੍ਰੀਤ ਸੱਤਾ ਨੂੰ ਕੈਨੇਡੀਅਨ ਮੰਤਰੀਆਂ ਨਾਲ ਮਿਲਣ ਦਾ ਮੌਕਾ ਮਿਲਿਆ ਸੀ ਮਜੀਠੀਆ ਨੇ ਪਰਮਿੰਦਰ ਪਿੰਡੀ ਅਤੇ ਅਮਰਿੰਦਰ ਲਾਡੀ ਪਛਾਣ ਤੋਂ ਇਨਕਾਰ ਕੀਤਾ ਸੀ ਪੰਜਾਬ 'ਚ ਕਾਂਗਰਸ ਦੀ ਸਰਕਾਰ ਮਾਰਚ 2017 ਦੇ ਵਿੱਚ ਬਣੀ ਹੈ ਜਿਸ ਤੋਂ ਬਾਅਦ ਤਤਕਾਲੀ ਮੁੱਖ ਮੰਤਰੀ ਨੇ ਸੂਬੇ 'ਚ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਸਪੈਸ਼ਲ ਟਾਸਕ ਫੋਰਸ ਯਾਨੀ ਕਿ ਐਸਟੀਐਫ ਦਾ ਗਠਨ ਕੀਤਾ ਉਸ ਫੋਰਸ ਦੇ ਵਿੱਚ ਉਸ ਸਮੇਂ ਤੋਂ ਹੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਨਸ਼ੇ ਦੇ ਤਸਕਰਾਂ ਦਾ ਨੈਕਸਸ ਨੂੰ ਤੋੜਨ ਦੀ ਦਿਸ਼ਾ 'ਚ ਕੰਮ ਕਰ ਰਹੀ ਸੀ ਫਿਲਹਾਲ ਇਸ ਕੇਸ ਦੀ ਜਾਂਚ ਜਿਹੜੀ ਹੈ ਉਹ ਹਰਚਰਨ ਸਿੰਘ ਭੁੱਲਰ ਵਾਲੀ ਐਸਆਈਟੀ ਕਰ ਰਹੀ ਹੈ ਜਿਸ ਤੋਂ ਈਡੀ ਨੇ ਪੂਰੇ ਵੇਰਵੇ ਮੰਗੇ ਹੈ ਪੂਰੇ ਰਿਕਾਰਡ ਮੰਗੇ ਹੈ ਹੁਣ ਤੱਕ ਕੀ ਕੁਝ ਬਿਕਰਮ ਮਜੀਠੀਆ ਤੋਂ ਇਨਵੈਸਟੀਗੇਟ ਕੀਤਾ ਗਿਆ ਕੀ ਕੁਝ ਪੁੱਛਿਆ ਗਿਆ ਉਹਨਾਂ ਦੇ ਪੂਰੇ ਰਿਕਾਰਡ ਉਹਨਾਂ ਦੇ ਖਾਤੇ ਹੋਰ ਸਾਰਿਆਂ ਬਾਰੇ ਤਫਸੀਲ ਨਾਲ ਜਿਹੜੀ ਆ ਉਹ ਜਾਣਕਾਰੀ ਮੰਗੀ ਆ ਤਾਂ ਜਦੋਂ ਇਸ ਕੇਸ ਦੇ ਵਿੱਚ ਈਡੀ ਦੀ ਐਂਟਰੀ ਤੋਂ ਬਾਅਦ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆਈਆਂ ਤਾਂ ਮਜੀਠੀਆ ਨੇ ਵੀ ਸਰਕਾਰ ਦੇ ਖਿਲਾਫ ਜਿਹੜਾ ਹੈ ਸਖ਼ਤ ਰੁੱਖ ਅਪਣਾਇਆ ਤਾਂ ਅੱਗੋਂ ਪਾਰਟੀ ਦੇ ਬੁਲਾਰਿਆਂ ਨੇ ਵੀ ਜਿਹੜੇ ਆ ਸਖ਼ਤ ਰੂਪ ਦੇ ਵਿੱਚ ਜਵਾਬ ਦਿੱਤੇ ਆ ਦੇਖਣਾ ਇਹ ਹੋਵੇਗਾ
ਕਿ ਪੰਜਾਬ ਨੂੰ ਘੁਣ ਵਾਂਗ ਚਿੰਬੜੇ ਇਸ ਨਸ਼ੇ ਦੇ ਕੋਹੜ ਨੂੰ ਕੀ ਠੱਲ ਪੈ ਸਕੇਗੀ ਜਾਂ ਨਹੀਂ। ਪੰਜਾਬ ਜਿਹੜਾ ਕਿ ਸੱਤ ਦਰਿਆਵਾਂ ਦੀ ਧਰਤੀ ਤੋਂ ਬਾਅਦ ਪੰਜ ਦਰਿਆਵਾਂ ਦੀ ਧਰਤੀ ਰਹਿ ਗਈ ਅਤੇ ਜਿਸ ਦਾ ਨਾਮ ਜਿਹੜਾ ਹੈ ਉਹ ਪੰਜ ਆਬ ਤੋਂ ਬਾਅਦ ਪੰਜਾਬ ਬਣਿਆ ਅਤੇ ਇਹਦੇ ਵਿੱਚ ਜਿਹੜਾ ਛੇਵਾਂ ਦਰਿਆ ਐਡ ਹੋਇਆ ਨਸ਼ਿਆਂ ਦਾ, ਕਿ ਉਹ ਕਦੇ ਸੁੱਕੇਗਾ ਜਾਂ ਨਹੀਂ, ਜਿਹੜੀ ਇਸ ਦੀ ਜਵਾਨੀ ਨੂੰ ਬੁਰੀ ਤਰ੍ਹਾਂ ਦੇ ਨਾਲ ਨਿਗਲਦਾ ਜਾ ਰਿਹਾ। ਔਰ ਇਸ ਦੇ ਵਿੱਚ ਸੂਬੇ ਦੇ ਲੀਡਰਾਂ ਦੇ ਨਾਮ ਆਉਣੇ ਬੇਹੱਦ ਚਿੰਤਾ ਵਾਲੀ ਗੱਲ ਹੈ, ਤਰਾਸਦੀ ਹੈ ਇੱਥੋਂ ਦੇ ਬਸ਼ਿੰਦਿਆਂ ਦੇ ਉੱਤੇ ਕਿ ਉਹਨਾਂ ਨੇ ਆਪਣੇ ਕਿਹੋ ਜਿਹੇ ਆਗੂ ਆਕਾ ਅਗਵਾਈਕਾਰ ਚੁਣੇ ਜਿਨ੍ਹਾਂ ਦਾ ਨਾਮ ਉਹਨਾਂ ਨੂੰ ਡਰੱਗ ਦੀ ਦੇਣ ਦੇ ਵਿੱਚ ਆਉਂਦਾ। ਇਹ ਇੱਕ ਅਹਿਮ ਸੋਚਣ ਅਤੇ ਵਿਚਾਰਨ ਵਾਲਾ ਗੰਭੀਰ ਮਸਲਾ। ਦੀ ਕੇਸ ਟਾਈਮਲਾਈਨ ਪ੍ਰੋਗਰਾਮ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਨਵਜੋਤ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ। ਦਾ ਕੇਸ ਟਾਈਮਲਾਈਨ।